ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਮੀਦ ਹੈ ਕਿ ਸਾਰੇ ਜਣੇ ਵਧੀਆ ਹੋਵੋਗੇ। ਸੋ ਮੈਂ ਆਹੋ ਮਤਲਬ ਮੈਂ ਨਾ ਪਹਿਲਾਂ ਅਸੀਂ ਇੱਕ ਦਿਨ ਬਨਾਨਾ ਸ਼ੇਕ ਬਣਾਇਆ ਸੀ, ਇੱਕ ਦੋ ਵਾਰ ਮਤਲਬ ਬਨਾਨਾ ਸ਼ੇਕ ਬਣਾਇਆ ਸੀ, ਫਿਰ ਮੈਂਗੋ ਸ਼ੇਕ ਬਣਾਇਆ ਸੀਗਾ। ਸੋ ਸਾਰਿਆਂ ਨੇ ਇਹ ਗੱਲ ਕਹੀ ਸੀ ਕਿ ਪਲੀਜ਼ ਸਾਨੂੰ ਰੈਸਪੀ ਦੱਸੋ, ਮਤਲਬ ਰੈਸਪੀ ਨਹੀਂ ਕਿ ਸਾਨੂੰ ਵੀ ਦੱਸੋ ਵੀ ਤੁਸੀਂ ਕਿੱਦਾਂ ਕਿਹੜੇ ਤਰੀਕੇ ਨਾਲ ਤੁਸੀਂ ਬਣਾਉਂਦੇ ਹੋ ਨਾ। ਵੈਸੇ ਨੋਰਮਲ ਤਰੀਕਾ ਸਾਰਿਆਂ ਨੂੰ ਆਉਂਦਾ ਹੀ ਹੁੰਦਾ ਵਾ ਬਨਾਨਾ ਸ਼ੇਕ, ਮੈਂਗੋ ਸ਼ੇਕ ਬਣਾਉਣਾ। ਅਤੇ ਦੂਜਾ ਹੁਣ ਮੈਂ ਸੋਚਿਆ ਕਿ ਚਲੋ ਵਿਹਲੇ ਬੈਠੇ ਸੀਗੇ ਅਤੇ ਅਸੀਂ ਵਿਹਲੇ ਬੈਠੇ ਸੀਗੇ ਅਤੇ ਚਲੋ ਮੈਂ ਕਿਹਾ ਬਨਾਨਾ ਸ਼ੇਕ ਬਣਾ ਲੈਂਦੇ, ਪਰ ਉਹਦੇ ਲਈ ਸਮਾਨ ਹੋਣਾ ਜ਼ਰੂਰੀ ਹੈ। ਸੋ ਮੈਂ ਕਿਹਾ ਨਿੱਕੀ ਨਿੱਕੀ ਚੀਜ਼ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ। ਸੋ ਮੈਂ ਮਾੜਾ ਜਿਹਾ ਜ਼ਰੂਰੀ ਕੰਮ ਚੱਲੀ ਸੀ ਬਾਹਰ, ਅਤੇ ਫਿਰ ਮੈਂ ਸੋਚਿਆ ਕਿ ਚਲੋ ਜਿਹੜਾ ਸਮਾਨ ਚਾਹੀਦਾ ਉਹ ਲਿਆਵਾਂਗੇ, ਫਿਰ ਨਾਲ ਤੁਸੀਂ ਐਂਡ ਤੱਕ ਬਣੇ ਰਹੋ ਵੀਡੀਓ ਦੇ ਵਿੱਚ, ਅਤੇ ਐਂਡ ਤੱਕ ਆਪਾਂ ਬਣਾ ਕੇ ਦਿਖਾਉਂਦੇ ਤੁਹਾਨੂੰ ਬਣਾਉਣਾ ਸ਼ੇਅਰ ਕਿਹੜੇ ਤਰੀਕੇ ਨਾਲ ਬਣਾਇਆ ਵਾ। ਠੀਕ ਹੈ ਜੀ, ਡੱਬਾ ਵੀ ਲਿਆ ਕੇ ਘਰੇ ਰੱਖਿਆ ਹੋਇਆ ਵਾ, ਕਿਉਂਕਿ ਮੇਰਾ ਨਾ ਜਦੋਂ ਬਲੱਡ ਘਟਿਆ ਹੋਵੇ ਤਾਂ ਬੰਦਾ ਲੂਣ ਖਾਂਦਾ ਹੈ ਨਾ, ਤੇ ਜਦੋਂ ਵਧਿਆ ਹੋਵੇ ਉਦੋਂ ਮਿੱਠਾ ਖਾਂਦਾ, ਫਿਰ ਮੈਂ ਤਾਂ ਮਿੱਠਾ ਖਾਂਦੀ ਹਾਂ, ਪਰ ਮੇਰਾ ਬਲੱਡ ਘਟਦਾ ਤਾਂ ਫਿਰ ਵੀ ਮੈਂ ਮਿੱਠਾ ਖਾਂਦੀ ਹਾਂ, ਨਹੀਂ ਜਦੋਂ ਮੇਰਾ ਬਲੱਡ ਘਟਦਾ ਮੈਂ ਮਿੱਠਾ ਨਹੀਂ ਖਾਂਦੀ, ਉਦੋਂ ਮੈਂ ਲੂਣ ਖਾਂਦੀ ਹੁੰਦੀ ਹਾਂ, ਜਦੋਂ ਬਲੱਡ ਘਟਦਾ ਤਾਂ ਮੇਰਾ ਲੂਣ ਵਾਲੀਆਂ ਚੀਜ਼ਾਂ ਖਾਣ ਨੂੰ ਜੀ ਕਰਦਾ ਹੁੰਦਾ। ਹੁਣ ਮੈਂ ਰੱਜੀ ਨੂੰ ਖਾ ਕੇ ਟੋਫੀ ਖਾਣ ਲੱਗੀ ਹਾਂ, ਇੰਨੀ ਇੰਨੀ ਆਸ ਹੋਈ ਬਿਨਾਂ ਜਮਾਂ ਨਹੀਂ ਦਿੱਤੇ ਪਾ ਜੀ ਤੁਹਾਡੇ ਦੁੱਧ ਤੇ ਬਾਹਰ ਧੁੱਪ ਖਾ ਸਾਰਿਆਂ ਨੂੰ, ਇੰਨੀ ਧੁੱਪ ਲੱਗੇ ਸੀ ਬਾਹਰ, ਅਸੀਂ ਇੰਨੀ ਮਿਹਨਤ ਕਰਨ ਲੱਗੇ ਹਾਂ ਬਨਾਨਾ ਸ਼ੇਕ ਬਣਾਉਣ ਲੱਗੇ ਹਾਂ, ਹੁਣ ਇੰਨੀ ਮਿਹਨਤ ਵਿੱਚ ਅਸੀਂ ਬਨਾਨਾ ਸ਼ੇਕ ਬਣਾਉਣ ਲੱਗੇ ਹਾਂ।
ਤੂੰ ਕਾਹਤ ਹੱਸਦੇ ਆ, ਕਿਹੜੀ ਸਾਦੀ ਨੂੰ ਬੋਲੇਂਗੀ? ਮੈਂ ਕਿਹਾ ਚੱਲ ਜਿਹੜੇ ਸਾਨੂੰ ਵੇਖਦੇ ਪਏ ਵੀ ਹੱਸ ਪੈਣ। ਅਸੀਂ ਬਨਾਨੇ ਲਿਆ ਕੇ ਰੱਖੇ ਹੋਏ ਆ ਤੇ ਮੈਂ ਜਿਹੜੇ ਟੋਕਰੀ ਚ ਪਏ ਗਾਲ ਸੜ ਜਾਂਦੇ ਆ, ਅੱਜ ਮੈਂ ਸੋਚਿਆ ਚਲੋ ਥੋੜਾ ਬਣਾ ਲਿਆ ਕੇ ਬਣਾ ਸਕਦਾ। ਬਣਾਉਗੀ ਮੇਰੀ ਭੈਣ, ਦੱਸੂਗੀ ਮੈਂ ਕੱਚ ਦੇ ਗਲਾਸ ਧੋਨੀ ਆ। ਤੇਰੇ ਮਾਰੇ ਮਾਰੇ ਪੈਣਾ ਫਸਣਾ ਡਰ ਜਾਣਾ।
ਮੇਰੇ ਮਾਮੇ ਦਾ ਮੁੰਡਾ ਜਿਹੜਾ ਇੰਦਰਜੀਤ ਆ ਹਨਾ ਉਹ ਬਣਾਉਣਾ ਸ਼ੇਕ ਪਤਾ ਕਿੱਦਾਂ ਬਣਾਉਂਦਾ, ਕੇਲੇ ਦੇ ਵਿੱਚ ਥੋੜਾ ਦੁੱਧ ਪਾ ਕੇ ਖੰਡ ਪਾ ਕੇ ਨਾ ਏਦਾਂ ਗਲਾਸ ਨਾ ਭੁੱਲ ਲੈਂਦੇ, ਚਲੋ ਆਪਣਾ ਬਣਾ ਦੇ ਇੱਕ ਜਿਹਨੇ ਪੀਣਾ ਖਾਣਾ ਹੁੰਦਾ ਨਾ ਏਦਾਂ ਵੀ ਖਾ ਪੀ ਲੈਂਦੇ ਹਨਾ। ਅਸੀਂ ਜੂਸਰ ਲਿਆਂਦਾ ਸੀਗਾ ਤੇ ਅਸੀਂ ਹੁਣ ਮੈਂਗੋ ਸ਼ੇਕ ਮਤਲਬ ਮੈਂ ਆਪਣੇ ਭਰਾ ਵਾਸਤੇ ਲਿਆ ਹੋਇਆ ਸੀਗਾ ਹਨਾ, ਉਹ ਵੀ ਪਹਿਲਾਂ ਮਤਲਬ ਪੀਂਦਾ ਰਿਹਾ ਵਾ ਤੇ ਸਾਰਿਆਂ ਨੇ ਕਿਹਾ ਸੀ ਦੀਦੀ ਸਾਨੂੰ ਜ਼ਰੂਰ ਸ਼ੇਅਰ ਕਰਿਓ ਕਿ ਤੁਸੀਂ ਤੁਸੀਂ ਕਿਹੜੇ ਤਰੀਕੇ ਨਾਲ ਬਣਾ ਕੇ ਪੀਂਦੇ ਆ, ਤੇ ਅੱਜ ਅਸੀਂ ਆਪਣੀ ਨਿੰਬੂ ਨੂੰ ਬਣਾ ਕੇ ਪਿਆਵਾਂਗੇ ਬਨਾਨਾ ਸ਼ੇਕ ਹਨਾ ਨਿੰਬੂ। ਹੁਣ ਬਨਾਨਾ ਸ਼ੇਕ ਬਣੂਗਾ, ਨਾਰਮਲ ਵੀ ਪੀ ਸਕਦੇ ਪਰ ਮੈਂ ਇਹਦੇ ਵਿੱਚ ਪਾਉਣ ਲਈ ਸਟ੍ਰੋਬੇਰੀ ਸ਼ੇਕ ਦੀ ਸਟ੍ਰੋਬੇਰੀ ਫਲੇਵਰ ਦੀ ਲੈ ਕੇ ਆਈ ਆ ਆਈਸਕ੍ਰੀਮ ਗ੍ਰੀਨ ਤੇ ਰੈਡ ਚੈਰੀ। ਸੋ ਬਨਾਨਾ ਸ਼ੇਕ ਆਪਣਾ ਰੈਡੀ ਕਰ ਲਿਆ ਵਾ। ਬਨਾਨਾ ਸ਼ੇਕ ਵਧੀਆ ਨੀ ਲੱਗ ਜਾਂਦਾ, ਬਟ ਉਸ ਦਿਨ ਇੱਕ ਦਿਨ ਮੇਰੇ ਮਾਮੇ ਦਾ ਮੁੰਡਾ ਆਇਆ ਸੀਗਾ ਇੰਦਰਜੀਤ, ਤੇ ਮੈਂ ਪਹਿਲਾਂ ਤਾਂ ਮੈਂ ਮਿਕਸ ਜੂਸ ਪੀਣੀ ਹੁੰਦੀ ਸੀਗੀ, ਤੇ ਇੱਕ ਦਿਨ ਮਾਮੇ ਦਾ ਮੁੰਡਾ ਆਇਆ ਸੀਗਾ ਤੇ ਉਹਨੇ ਦੱਸਿਆ ਕਿ ਇੱਦਾਂ ਕਰਕੇ ਬਣਾ ਕੇ ਪੀਆ ਕਰ, ਕਰੀਮ ਕਰੂਮ ਸਾਰਾ ਕੁਝ ਪਾ ਕੇ ਚੈਰੀ ਵਗੈਰਾ ਹਨਾ, ਤੇ ਕਹਿੰਦਾ ਬਹੁਤ ਸਵਾਦ ਬਣਦਾ ਵਾ, ਤੇ ਫਿਰ ਮੈਂ ਕਿਹਾ ਚਲੋ ਠੀਕ ਆ ਓਕੇ। ਤਾਂ ਫਿਰ ਉਸ ਦਿਨ ਅਸੀਂ ਬਣਾਇਆ ਸੀ, ਉਸ ਦਿਨ ਉਹ ਆਏ ਸੀਗੇ, ਤੇ ਅੱਜ ਫਿਰ ਆਪਾਂ ਬਣਾ ਰਹੇ ਤੇ ਤੁਹਾਡੇ ਨਾਲ ਰੈਸਪੀ ਸ਼ੇਅਰ, ਰੈਸਪੀ ਕੀ ਕਹਿੰਦੇ ਹੁੰਦੇ ਆ ਬਨਾਨਾ ਸ਼ੇਕ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਪਏ ਹਾਂ। ਤੇ ਇਹ ਵਾਲਾ ਵੈਸੇ ਮੈਨੂੰ ਸਟ੍ਰੋਬੇਰੀ ਦੀ ਆਈਸਕ੍ਰੀਮ ਬੜੀ ਪਸੰਦ ਆ, ਸੋ ਜਿੰਨੀ ਜਿੰਨੀ ਤੁਸੀਂ ਪਾਉਣੀ ਆ ਆਪਦੇ ਅਕੋਰਡਿੰਗ ਪਾ ਲਿਓ। ਹਾਂ ਜਿੱਦਣ ਮੈਂ ਉਹਦੇ ਸਹੁਰੇ ਗਈ ਨਾ ਉੱਥੇ ਜਾ ਕੇ ਬਣਾ ਕੇ ਪਿਲਾਵਾਂਗੀ ਮੰਮੀ ਜੀ ਤੇ ਡੈਡੀ ਜੀ ਨੂੰ। ਵੈਸੇ ਵੀ ਜੂਨ ਦੀਆਂ ਛੁੱਟੀਆਂ ਪੈ ਗਈਆਂ ਵਾ, ਮੇਰੀ ਨਨਾਣ ਨੇ ਮਤਲਬ ਮੈਨੂੰ ਦੀਦੀ ਨੇ ਆਉਣਾ ਬੱਚਿਆਂ ਨੂੰ ਲੈ ਕੇ, ਫਿਰ ਮੈਂ ਪਿਆਉਂਗੀ ਉਹਨਾਂ ਸਾਰਿਆਂ ਨੂੰ ਬਣਾ ਬਣਾ ਕੇ, ਇਸ ਵਾਰ ਸੈਂਡਵਿਚ ਵੀ ਬਣਾ ਕੇ ਖਵਾਇਆ ਕਰੂੰਗੀ ਉਹਨਾਂ ਨੂੰ ਘਰੇ। ਆਈਸਕ੍ਰੀਮ ਪਾ ਲਈ ਆ, ਮੈਨੂੰ ਰੈੱਡ ਚੈਰੀ ਪਸੰਦ ਨਹੀਂ ਆਪਦੀ ਕੌਫੀ ਉਹਦੇ ਚ ਸ਼ੇਕ ਦੇ ਵਿੱਚ, ਸੋ ਇਹਨਾਂ ਸਾਰਿਆਂ ਦੇ ਸ਼ੇਕ ਦੇ ਵਿੱਚ ਮੈਂ ਰੈੱਡ ਚੈਰੀ ਪਾ ਦੂੰਗੀ। ਥੋੜੀ ਜਿਹੀ ਗ੍ਰੀਨ ਚੈਰੀ ਪਾ ਲਾਂਗੇ, ਥੋੜੇ ਜਿਹੇ ਮੈਂ ਨਾ ਮਤਲਬ ਕਾਜੂ
ਤੇ ਬਦਾਮ ਥੋੜੇ ਜਿਹੇ ਵਿੱਚ ਪਾਉਂਗੀ ਇਹਦੇ ਵਿੱਚ ਸ਼ੇਕ ਦੇ, ਉਹ ਮੈਂ ਆਪਦੀ ਕੌਫੀ ਦੇ ਵਿੱਚ ਆਪਦੇ ਸ਼ੇਕ ਦੇ ਵਿੱਚ ਥੋੜੇ ਜ਼ਿਆਦਾ ਪਾਉਂਗੀ ਕਿਉਂਕਿ ਮੈਨੂੰ ਚੈਰੀ ਨਾਲ ਪਸੰਦ ਬਦਾਮ ਤੇ ਗਿਰੀਆਂ ਆਹ ਕਾਜੂ ਹੁੰਦੇ ਆ ਉਹ ਮੈਨੂੰ ਬੜੇ ਪਸੰਦ ਆ, ਤੇ ਉਹ ਮੈਂ ਆਪਦੇ ਸ਼ੇਕ ਚ ਥੋੜੇ ਜਿਹੇ ਜ਼ਿਆਦਾ ਪਾਉਂਗੀ ਤੇ ਬਾਕੀ ਦੇ ਸ਼ੇਕ ਥੋੜੇ ਜਿਹਾ ਪਾਉਂਗੀ। ਯਹਾਂ ਪਰ ਮੈਂ ਲਾਲਚ ਦਿਖਾਉਂਗੀ ਕਿਉਂਕਿ ਇਹ ਬਹੁਤ ਮਹਿੰਗੇ ਹੈ। ਸੋ ਤੁਸੀਂ ਫਾਈਨਲ ਲੁੱਕ ਦੇਖ ਸਕਦੇ ਆ, ਸ਼ੇਕ ਰੈਡੀ ਆ, ਫਾਈਨਲ ਲੁੱਕ ਦੇਖ ਸਕਦੇ। ਇਦਾਂ ਦੇ ਸ਼ੇਕ ਹੀ ਸ਼ੌਪ ਤੋਂ ਮਿਲਦੇ ਆ, ਇਦਾਂ ਦੇ ਸੇਮ ਟੂ ਸੇਮ ਸ਼ੇਕ। ਸੋ ਹੁਣ ਆਪਾਂ ਸਾਰਿਆਂ ਨੂੰ ਵਰਤਾ ਕੇ ਆਉਂਦੇ ਹਾਂ ਤੇ ਆਪਾਂ ਨੂੰ ਪੁੱਛ ਕੇ ਆਉਂਦੇ ਵੀ ਸਾਰਿਆਂ ਨੂੰ ਕਿੱਦਾਂ ਦਾ ਟੇਸਟ ਲੱਗੂਗਾ ਉਹਨਾਂ ਸਾਰਿਆਂ ਨੂੰ। ਸੋ ਆ ਜਾਓ ਮੇਰੇ ਨਾਲ ਨਾਲ ਵੀਰੇ ਵੀਰੇ ਥੋੜੇ ਜਿਹੇ ਗਲਾਸ ਮੇਰੇ ਜਿਮਾ ਦਾ ਥੋੜੇ ਆ ਚਮਚੇ ਦੇ ਮਾਰਾ ਜੀ ਬਜ਼ੁਰਗ ਆ ਗਈ ਇਹਨੇ ਮੈਂ ਕੀ ਕਰਨਾ ਚਮਚੇ ਪੈਣਾ ਮੰਮੀ ਜੀ ਜੀ ਲਓ ਮੰਮੀ ਜੀ ਔਰ ਖਾਓ ਔਰ ਮੋਟੀ ਹੋ ਜਾਓ ਬਾਹਰ ਕੱਟੇ ਸੂਤ ਤੇ ਪਾ ਦੇ ਲੋਲੀਆਂ ਨੇ ਇਹਨੇ ਵੀ ਕੱਟ ਕੇ ਪੁੰਦਾ ਹਮਾਰੀ ਵੀਡੀਓ ਪਾ ਦਈਏ ਮਾਰੀ ਬੇਇੱਜ਼ਤੀ ਹੋਤ ਕਰ। ਹੁਣ ਸਭ ਤੋਂ ਤਾਕਤਵਰ ਬੰਦਾ ਪੀਊਗਾ ਬਦਾਮ ਤੇ ਚੈਰੀ ਵਾਲਾ ਸ਼ੇਕ। ਦੇਖੋ ਇਹਨੇ ਤਾਂ ਪਹਿਲੇ ਲੱਗ ਗਿਆ ਨਾ ਹੈਗਾ ਨਾ ਉਹਨੂੰ ਸਾਧ ਲੈਣੀ ਹਲੋ ਕੰਮ ਨੂੰ ਜਾਏ ਥੈਂਕ ਯੂ ਰਜੀ ਦੀਦੀ ਅਜੇ ਖਾਤਾ ਨਹੀਂ ਬਸ ਐਡਮ ਕਰ ਲਾ ਕੈਸਾ ਹੈ ਥੈਂਕ ਯੂ। ਸੋ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਇੰਨਾ ਸਿੰਪਲ ਜਿਹਾ ਮਤਲਬ ਬਣਾ ਜਿੱਦਾਂ ਕਿ ਹੁਣ ਸਾਰਿਆਂ ਦੇ ਘਰਾਂ 'ਚ ਜੂਨ ਦੀਆਂ ਛੁੱਟੀਆਂ ਆ ਗਈਆਂ ਵਾ, ਪਰਾਹੁਣੇ ਆਉਣੇ ਆ, ਸੋ ਨਿੱਕੇ ਨਿੱਕੀਆਂ ਨਾਲੇ ਤਾਂ ਇਹ ਹੁੰਦੀਆਂ ਵਾ ਕਿ ਥੋੜ੍ਹਾ ਬੰਦਾ ਫੰਕਸ਼ਨ ਜਿਹਾ ਕਰ ਲੈਂਦਾ ਵਾ ਅਤੇ ਨਾਲੇ ਸਿੰਪਲ ਜਿਹਾ ਗਰਮੀ 'ਚ ਥੋੜ੍ਹੀ ਚਾਹ ਘੱਟ ਕਰੋ। ਵੈਸੇ ਸਲਾਹ ਕੌਣ ਦੇ ਰਿਹਾ ਜਿਹੜੇ ਇੱਕੋ ਵਾਰ 'ਚ ਤਿੰਨ ਤਿੰਨ ਕੱਪ ਚਾਹ ਦੇ ਪੀ ਲੈਂਦਾ। ਸੋ ਚਾਹ ਘਟਾਓ ਅਤੇ ਸ਼ੇਕ ਵਗੈਰਾ ਬਣਾ ਕੇ ਪੀਆ ਕਰੋ, ਜ਼ਰੂਰ ਪੀਆ ਕਰੋ, ਚੰਗੇ ਹੁੰਦੇ ਠੰਡੇ ਆ ਹੈ ਨਾ। ਸੋ ਗਰਮੀ ਤੋਂ ਬਚੋ, ਧੁੱਪੇ ਘੱਟ ਜਾਓ ਅਤੇ ਜਿਨ੍ਹਾਂ ਨੇ ਕੰਮ ਕਰਨਾ ਉਹਨਾਂ ਨੇ ਜਾਣਾ ਹੀ ਆ। ਸੋ ਚਲ ਬਾਈ ਕਰਨਾ।